ਹਾਂਜੀ ਸਭ ਤੋਂ ਪਹਿਲਾਂ ਜਿੰਨੇ ਵੀ ਸਾਥੀ ਇਸ ਲਾਈਵ ਸੈਸ਼ਨ ਨਾਲ ਜੁੜੇ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਇਵਨਿੰਗ ਹਾਂਜੀ ਸਾਰਿਆਂ ਨੂੰ ਮੇਰੀ ਇੱਕ ਰਿਕਵੈਸਟ ਹੈਗੀ ਹੈ ਕਿ ਕੁイズ ਸਟਾਰਟ ਕਰਨ ਤੋਂ ਪਹਿਲਾਂ ਇਸ ਸੈਸ਼ਨ ਨੂੰ ਵੱਧ ਤੋਂ ਵੱਧ ਤੁਸੀਂ WhatsApp ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀ ਜਿਹੜੇ ਇਸ ਕੁイズ ਨਾਲ ਜੁੜ ਸਕਣ ਇਸ ਨਾਲ ਤੁਹਾਨੂੰ ਵੀ ਫਾਇਦਾ ਹੋਏਗਾ ਕਿਉਂਕਿ ਜਿੰਨੇ ਜ਼ਿਆਦਾ ਸਟੂਡੈਂਟ ਇਸ ਕੁイズ ਨਾਲ ਜੁੜਨਗੇ ਉਨਾ ਹੀ ਵਧੀਆ ਤੁਹਾਨੂੰ ਆਪਣੇ ਲੈਵਲ ਦਾ ਪਤਾ ਚਲੇਗਾ ਕਿ ਕਿੰਨੇ ਕੁਐਸਚਨ ਤੁਸੀਂ ਹੱਲ ਕਰ ਰਹੇ ਹੋ ਹੋਰਾਂ ਦੇ ਮੁਕਾਬਲੇ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੇ ਇਸ ਸੈਸ਼ਨ ਨੂੰ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਦਿੱਤਾ ਹੋਇਆ ਹੈ ਹਵਾਈ ਜਹਾਜ਼ ਤੇ ਮੋਟਰਬੋਰਡ ਦੀ ਗਤੀ ਮਾਪਣ ਵਾਲੀ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਹਰੇਕ ਕੁਐਸਚਨ ਦੇ ਲਈ ਤੁਹਾਨੂੰ ਪਹਿਲਾਂ 4 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਉਸ ਦਾ ਆਨਸਰ ਮੈਂ ਤੁਹਾਨੂੰ ਦੱਸਾਂਗਾ ਤੇ ਤੁਸੀਂ ਆਪਣਾ ਆਨਸਰ ਹੈ ਜਿਹੜਾ ਉਹ ਨਾਲ ਦੇ ਨਾਲ ਨੋਟ ਕਰਦੇ ਜਾਣਾ ਹੈ ਕਿ ਜਿਹੜਾ ਤੁਹਾਡਾ ਕਰੈਕਟ ਹੈਗਾ ਤੇ ਵੀਡੀਓ ਦੇ ਐਂਡ ਵਿੱਚ ਤੁਸੀਂ ਆਪਣਾ ਸਕੋਰ ਹੈ ਜਿਹੜਾ ਉਹ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਹਾਂਜੀ ਇਸ ਦੇ ਲਈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਟੈਕੋਮੀਟਰ ਸੈਕੰਡ ਦਿੱਤਾ ਜੀ ਆਲਟੀਮੀਟਰ ਥਰਡ ਆਪਸ਼ਨ ਹੈਗਾ ਲੈਕਟੋਮੀਟਰ ਤੇ ਫੋਰਥ ਦਿੱਤਾ ਹੈ ਫੈໂດਮੀਟਰ ਹਾਂਜੀ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ ਟੈਕੋਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਵਾਈ ਜਹਾਜ਼ ਤੇ ਮੋਟਰਬੋਰਡ ਦੀ ਗਤੀ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ ਟੈਕੋਮੀਟਰ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈਗਾ ਉੜਦੇ ਹਵਾਈ ਜਹਾਜ਼ ਦੀ ਉਚਾਈ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਐਨੀਮੋਮੀਟਰ ਸੈਕਿੰਡ ਦਿੱਤਾ ਜੀ ਆਲਟੀਮੀਟਰ ਥਰਡ অপਸ਼ਨ ਹੈਗਾ ਲੈਕਟੋਮੀਟਰ ਤੇ ਫੋਰਥ ਦਿੱਤਾ ਹੈ ਫੈໂດਮੀਟਰ ਹਾਂਜੀ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ 2 ਚੁਣਿਆ ਹੈ ਜੀ ਆਲਟੀਮੀਟਰ ਉਹਨਾਂ ਦਾ ਇਹ অপਸ਼ਨ ਹੈ ਜਿਹੜਾ கரੈਕਟ ਹੋ ਜਾਵੇਗਾ ਉੜਦੇ ਹਵਾਈ ਜਹਾਜ਼ ਦੀ ਉਚਾਈ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ? ਐਲਟੀਮੀਟਰ ਕਿਹਾ ਜਾਂਦਾ ਹੈ। ਹਾਂਜੀ ਜੇਕਰ ਤੁਹਾਨੂੰ ਇਹ ਸੈਸ਼ਨ ਚੰਗਾ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ। ਦੁੱਧ ਦੀ ਸ਼ੁੱਧਤਾ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ। ਫਰਸਟ ਹੈਗਾ ਐਨੀਮੋਮੀਟਰ, ਸੈਕੰਡ ਦਿੱਤਾ ਜੀ ਪੈਰੀਸਕੋਪ, ਥਰਡ অপਸ਼ਨ ਹੈਗਾ ਲੈਕਟੋਮੀਟਰ ਤੇ फोर्थ ਹੈਗਾ ਫੈਡੋਮੀਟਰ ਹਾਂਜੀ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ 3 ਚੁਣਿਆ ਹੈ ਲੈਕਟੋਮੀਟਰ ਉਹਨਾਂ ਦਾ ਇਹ ਆਨਸਰ ਹੈ ਜਿਹੜਾ கரੈਕਟ ਹੋ ਜਾਵੇਗਾ ਦੁੱਧ ਦੀ ਸ਼ੁੱਧਤਾ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ ਲੈਕਟੋਮੀਟਰ ਹਾਂਜੀ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਦਿੱਤਾ ਹੋਇਆ ਜੀ ਸਮੁੰਦਰ ਦੀ ਡੂੰਘਾਈ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਸ ਦੇ ਲਈ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਐਨੀਮੋਮੀਟਰ ਸੈਕਿੰਡ ਹੈਗਾ ਜੀ ਪੈਰੀਸਕੋਪ ਥਰਡ ਆਪਸ਼ਨ ਹੈਗਾ ਸੈਕਸਟੈਂਟ ਤੇ ਫੋਰਥ ਹੈਗਾ ਫੈਦੋਮੀਟਰ ਹਾਂਜੀ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 4th ਚੁਣਿਆ ਹੈ ਫੈໂດਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਸਮੁੰਦਰ ਦੀ ਡੂੰਘਾਈ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ ਫੈໂດਮੀਟਰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਤੁਹਾਡੇ ਲਈ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹਵਾ ਦੀ ਸ਼ਕਤੀ ਤੇ ਗਤੀ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਐਨੀਮੋਮੀਟਰ ਸੈਕਿੰਡ ਦਿੱਤਾ ਜੀ ਪੈਰੀਸਕੋਪ ਥਰਡ ਆਪਸ਼ਨ ਹੈਗਾ ਡਾਇਨੋਮੀਟਰ ਤੇ ਫੋਰਥ ਹੈਗਾ ਸਟੈਥੋਸਕੋਪ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਸ਼ਣ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ 1 ਚੁਣਿਆ ਹੈ ਐਨੀਮੋਮੀਟਰ ਤਾਂ ਉਹਨਾਂ ਦਾ ਇਹ ਆਨਸਰ ਹੈ ਜਿਹੜਾ கரੈਕਟ ਹੋ ਜਾਵੇਗਾ ਹਵਾ ਦੀ ਸ਼ਕਤੀ ਤੇ ਗਤੀ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ ਐਨੀਮੋਮੀਟਰ ਹਾਂਜੀ ਜਿਹੜੇ ਕੁਐਸਚਨ ਤੁਹਾਡੇ கரੈਕਟ ਹੋ ਰਹੇ ਨੇ ਉਹ ਨਾਲ ਦੀ ਨਾਲ ਤੁਸੀਂ ਨੋਟ ਕਰਦੇ ਜਾਣਾ ਕਿ ਕਿੰਨੇ ਨੰਬਰ ਤੁਹਾਡੇ கரੈਕਟ ਹੋ ਰਹੇ ਨੇ ਤੇ ਵੀਡੀਓ ਦੇ ਐਂਡ 'ਚ ਆਪਣਾ ਸਕੋਰ ਜਿਹੜਾ ਜ਼ਰੂਰ ਦੱਸਿਓ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਤੁਹਾਡੇ ਲਈ ਦਿੱਤਾ ਹੋਇਆ ਹੈ ਪੰਡੂਬੀ ਦੇ ਅੰਦਰੋਂ ਬਾਹਰ ਵੇਖਣ ਲਈ ਉਪਯੋਗ ਕੀਤੇ ਜਾਣ ਵਾਲੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੋ ਚੁੱਕਿਆ ਹੈ ਚਾਰ ਆਪਸ਼ਨ ਨੇ ਤੁਹਾਡੇ ਕੋਲ ਫਸਟ ਦਿੱਤਾ ਹੈ ਜੀ ਹਾਈਡਰੋਮੀਟਰ ਸੈਕਿੰਡ ਦਿੱਤਾ ਹੈ ਜੀ ਪੈਰੀਸਕੋਪ ਥਰਡ ਆਪਸ਼ਨ ਹੈਗਾ ਸੈਕਸਟੈਂਟ ਤੇ ਫੋਰਥ ਹੈਗਾ ਸਟੈਥੋਸਕੋਪ ਹਾਂਜੀ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਹੈ ਤੇਰੀਸਕੋਪ ਤਾਂ ਉਹਨਾਂ ਦਾ ਏ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਪੰਡੂਬੀ ਦੇ ਅੰਦਰੋਂ ਬਾਹਰ ਵੇਖਣ ਲਈ ਉਪਯੋਗ ਕੀਤੇ ਜਾਣ ਵਾਲੇ ਅੰਤਰ ਨੂੰ ਕੀ ਕਿਹਾ ਜਾਂਦਾ ਜੀ ਤੇਰੀਸਕੋਪ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਦਿੱਤਾ ਹੋਇਆ ਜੀ ਮিনার ਆਦਿ ਦੀ ਉਚਾਈ ਮਾਪਣ ਵਾਲੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੀ ਇੰਪੋਰਟਡ ਹੈਗਾ ਚਾਰ ਆਪਸ਼ਨ ਨੇ ਫਰਸ ਦਿੱਤਾ ਹੈ ਹਾਈਡਰੋਮੀਟਰ ਸੈਕੰਡ ਦਿੱਤਾ ਜੀ ਡਾਇਨੋਮੀਟਰ ਥਰਡ ਆਪਸ਼ਨ ਹੈਗਾ ਸੈਕਸਟੈਂਟ ਤੇ ਫੋਰਥ ਹੈਗਾ ਸਟੈਥੋਸਕੋਪ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 3 ਚੁਣਿਆ ਹੈ ਸੈਕਸਟੈਂਟ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਮিনার ਆਦਿ ਦੀ ਉਚਾਈ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਸੈਕਸਟੈਂਡ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਹਾਂਜੀ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਦਿੱਤਾ ਹੋਇਆ ਜੀ ਦਿਲ ਤੇ ਫੇਫੜੇ ਦੀ ਧੜਕਨ ਸੁਣਨ ਵਾਲੇ ਯੰਤਰ ਦਾ ਨਾਂ ਦੱਸੋ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਸਥੈਥੋਸਕੋਪ ਸੈਕੰਡ ਆਪਸ਼ਨ ਹੈਗਾ ਸੇਫਟੀ ਲੈਂਪ ਥਰਡ ਦਿੱਤਾ ਜੀ ਮੈਨੋਮੀਟਰ ਤੇ ਫੋਰਥ ਹੈਗਾ ਕ੍ਰੈਸਕੋਗ੍ਰਾਫ ਹਾਂਜੀ ਇਸ ਕੁਐਸਚਨ ਨੂੰ ਸੋਲਵ ਕਰ ਲਈ ਤੁਹਾਡੇ ਕੋਲ 4 ਸਕਿੰਟ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ 1 ਚੁਣਿਆ ਹੈ ਸਟੈਥੋਸਕੋਪ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਦਿਲ ਤੇ ਫੇਫੜੇ ਦੀ ਧੜਕਣ ਸੁਣਨ ਵਾਲੇ ਯੰਤਰ ਦਾ ਨਾਂ ਕੀ ਹੈਗਾ ਜੀ ਸਟੈਥੋਸਕੋਪ ਹਾਂਜੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਦਿੱਤਾ ਹੋਇਆ ਜੀ ਇੰਜਨ ਦੁਆਰਾ ਪੈਦਾ ਕੀਤੀ ਸ਼ਕਤੀ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਫਿਰ ਤੋਂ ਰਿਪੀਟ ਕਰ ਦਿੰਦੇ ਆ ਜੀ ਇੰਜਨ ਦੁਆਰਾ ਪੈਦਾ ਕੀਤੀ ਸ਼ਕਤੀ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਹਾਈਡਰੋਮੀਟਰ ਸੈਕਿੰਡ ਆਪਸ਼ਨ ਹੈਗਾ ਜੀ ਡਾਇਨੋਮੀਟਰ ਥਰਡ ਆਪਸ਼ਨ ਹੈਗਾ ਪਾਇਰੋਮੀਟਰ ਤੇ ਫੋਰਥ ਹੈਗਾ ਮੈਨੋਮੀਟਰ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਹੈ ਡਾਇਨੋਮੀਟਰ ਉਹਨਾਂ ਦਾ ਏ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਇੰਜਨ ਦੁਆਰਾ ਪੈਦਾ ਕੀਤੀ ਸ਼ਕਤੀ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਡਾਇਨੋਮੀਟਰ ਹਾਂਜੀ ਜੇਕਰ ਤੁਹਾਨੂੰ ਇਹ ਸੈਸ਼ਨ ਚੰਗਾ ਲੱਗ ਰਿਹਾ ਹੈ ਤਾਂ ਇਸ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਪਾਣੀ ਅੰਦਰ ਆਵਾਜ਼ ਤਰੰਗਾਂ ਤੇ ਇਨਾਂ ਦੀ ਗਿਣਤੀ ਕਰਨ ਵਾਲੇ ਅੰਤਰ ਦਾ ਨਾਮ ਦੱਸੋ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਨੇ ਤੁਹਾਡੇ ਕੋਲ ਫਸਟ ਹੈਗਾ ਹਾਈਡਰੋਮੀਟਰ ਸੈਕਿੰਡ ਦਿੱਤਾ ਜੀ ਗ੍ਰੇਵੀਮੀਟਰ ਥਰਡ ਆਪਸ਼ਨ ਹੈਗਾ ਪਾਇਰੋਮੀਟਰ ਤੇ ਫੋਰਥ ਹੈਗਾ ਮੈਨੋਮੀਟਰ ਹਾਂਜੀ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਹੈ ਹਾਈਡਰੋਮੀਟਰ ਤਾਂ ਉਹਨਾਂ ਦਾ ਇਹ ਕੁਐਸਚਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਪਾਣੀ ਅੰਦਰ ਆਵਾਜ਼ ਤਰੰਗਾਂ ਤੇ ਇਹਨਾਂ ਦੀ ਗਿਣਤੀ ਕਰਨ ਵਾਲੇ ਅੰਤਰ ਦਾ ਨਾਮ ਕੀ ਹੈਗਾ ਜੀ ਹਾਈਡਰੋਮੀਟਰ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈਗਾ ਜੀ ਦੂਰ ਪਈ ਵਸਤੂਆਂ ਦੇ ਤਾਪ ਨੂੰ ਜਾਣਨ ਵਾਲੇ ਅੰਤਰ ਦਾ ਨਾਮ ਦੱਸੋ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਤੁਹਾਡੇ ਕੋਲ ਦਿੱਤੇ ਹੋਏ ਨੇ ਫਸਟ ਹੈਗਾ ਟੈਰੀਸਕੋਪ ਸੈਕਿੰਡ ਆਪਸ਼ਨ ਹੈਗਾ ਫੈਡੋਮੀਟਰ ਥਰਡ ਆਪਸ਼ਨ ਹੈਗਾ ਜੀ ਪਾਇਰੋਮੀਟਰ ਤੇ ਫੋਰਥ ਹੈਗਾ ਮੈਨੋਮੀਟਰ ਹਾਂਜੀ ਇਸ ਕੁਐਸਚਨ ਨੂੰ ਸੋਲਵ ਕਰਨ ਲਈ 4 ਸੈਕਿੰਡ ਦਾ ਸਮਾਂ ਹੈਗਾ ਤੁਹਾਡੇ ਕੋਲ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 3 ਚੁਣਿਆ ਹੈ ਪਾਇਰੋਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਦੂਰਪਈਆਂ ਵਸਤੂਆਂ ਦੇ ਤਾਪ ਨੂੰ ਜਾਣਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਪਾਇਰੋਮੀਟਰ ਹਾਂਜੀ ਸੂਰਜ ਦੇ ਤਾਪ ਨੂੰ ਮਾਪਣ ਲਈ ਆਪਾਂ ਕਿਹੜੇ ਯੰਤਰ ਦੀ ਵਰਤੋਂ ਕਰਦੇ ਹਾਂ ਤਾਂ ਉਸ ਦਾ ਆਨਸਰ ਵੀ ਕੀ ਹੋ ਜਾਏਗਾ ਪਾਇਰੋਮੀਟਰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਤੁਹਾਡੇ ਲਈ ਸਕਰੀਨ ਤੇ ਦਿੱਤਾ ਹੋਇਆ ਹੈ ਗੇਂਸ ਦਾ ਦਬਾਅ ਨਾਪਣ ਵਾਲੇ ਯੰਤਰ ਦਾ ਨਾ ਦੱਸੋ ਹਾਂਜੀ ਚਾਰ ਆਪਸ਼ਨ ਨੇ ਤੁਹਾਡੇ ਕੋਲ ਫਰਸਟ ਹੈਗਾ ਜੀ ਗ੍ਰੇਵੀਮੀਟਰ ਸੈਕਿੰਡ ਆਪਸ਼ਨ ਹੈਗਾ ਫੈਦੋਮੀਟਰ ਥਰਡ ਆਪਸ਼ਨ ਹੈਗਾ ਜੀ ਸਿਪਗਮੋਫੋਨ ਤੇ ਫੋਰਥ ਹੈਗਾ ਮੈਨੋਮੀਟਰ ਹਾਂਜੀ ਇਸ ਕੁਸ਼ਣ ਲਈ 4 ਸੈਕਿੰਡ ਦਾ ਸਮਾਂ ਤੁਹਾਡੇ ਕੋਲ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ 4th ਚੁਣਿਆ ਹੈ ਮੈਨੋਮੀਟਰ ਤਾਂ ਉਹਨਾਂ ਦਾ ਇਹ ਕੁਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਗੇਂਸ ਦਾ ਦਿਵਾਨ ਆਪਣ ਵਾਲੇ ਯੰਤਰ ਦਾ ਨਾਂ ਕੀ ਹੈਗਾ ਜੀ ਮੈਨੋਮੀਟਰ ਹਾਂਜੀ ਨੈਕਸਟ ਕੁਸ਼ਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਸ਼ਨ ਦਿੱਤਾ ਹੋਇਆ ਹੈ ਪਾਣੀ ਦੀ ਸਤਹ ਤੇ ਤੇਲ ਦਾ ਪਤਾ ਲਗਾਉਣ ਵਾਲੇ ਯੰਤਰ ਦਾ ਨਾਂ ਦੱਸੋ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਗ੍ਰੇਵੀਮੀਟਰ ਸੈਕਿੰਡ ਆਪਸ਼ਨ ਹੈਗਾ ਜੀ ਸੇਫਟੀ ਲੈਂਪ ਥਰਡ অপਸ਼ਨ ਹੈਗਾ ਸਿਫਗਮੋਫੋਨ ਤੇ ਫੋਰਥ ਹੈਗਾ ਮੈਨੋਮੀਟਰ ਹਾਂਜੀ ਇਸ ਕੁਸ਼ਣ ਨੂੰ ਸੋਲਵ ਕਰਨ ਲਈ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ 1st ਚੁਣਿਆ ਹੈ ਗ੍ਰੇਵੀਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਪਾਣੀ ਦੀ ਸਤਹ ਤੇ ਤੇਲ ਦਾ ਪਤਾ ਲਗਾਉਣ ਵਾਲੇ ਯੰਤਰ ਦਾ ਕੀ ਨਾਂ ਹੈਗਾ ਗ੍ਰੇਵੀਮੀਟਰ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਹਾਂਜੀ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਨਾੜੀਆਂ ਦੀ ਗਤੀ ਦੀ ਆਵਾਜ਼ ਨੂੰ ਸੁਣਨ ਵਾਲੇ ਯੰਤਰ ਦਾ ਨਾਂ ਦੱਸੋ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਟੈਕੋਮੀਟਰ ਸੈਕਿੰਡ ਆਪਸ਼ਨ ਹੈਗਾ ਜੀ ਸੇਫਟੀ ਲੰਪ ਥਰਡ ਆਪਸ਼ਨ ਹੈਗਾ ਸਿਫਗਮੋਫੋਨ ਦੇ 4th ਹੈਗਾ ਜੀ ਕ੍ਰੈਸਕੋਗ੍ਰਾਫ ਹਾਂਜੀ ਇਸ ਕੁਸ਼ਨ ਨੂੰ ਸੋਲਵ ਕਰਨ ਲਈ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਨ ਦਾ অপਸ਼ਨ ਨੰਬਰ 3 ਚੁਣਿਆ ਹੈ ਸ਼ਿਪਗਮੋਫੋਨ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਨਾੜੀਆਂ ਦੀ ਗਤੀ ਦੀ ਆਵਾਜ਼ ਨੂੰ ਸੁਣਨ ਵਾਲੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ ਸਿਫਗਮੋਫੋਨ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਖਾਨਾ ਵਿੱਚ ਪ੍ਰਕਾਸ਼ ਲਈ ਵਰਤਿਆ ਜਾਣ ਵਾਲਾ ਯੰਤਰ ਕਿਹੜਾ ਹੈਗਾ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਆਲਟੀਮੀਟਰ ਸੈਕਿੰਡ ਆਪਸ਼ਨ ਹੈਗਾ ਜੀ ਸੇਫਟੀ ਲੈਂਪ ਥਰਡ ਆਪਸ਼ਨ ਹੈਗਾ ਸਿਫਗਮੋਫੋਨ ਤੇ ਫੋਰਥ ਹੈਗਾ ਕ੍ਰੈਸਕੋ ਕਰਾਫ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਜੀ ਸੇਫਟੀ ਲੈਂਪ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ கரੈਕਟ ਹੋ ਜਾਵੇਗਾ ਹਾਂਜੀ ਖਾਨਾ ਵਿੱਚ ਪ੍ਰਕਾਸ਼ ਲਈ ਵਰਤਿਆ ਜਾਣ ਵਾਲਾ ਯੰਤਰ ਕਿਹੜਾ ਹੈਗਾ ਸੇਫਟੀ ਲੈਂਪ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਜੀ ਪੋਦਿਆਂ ਦੇ ਵਾਧੇ ਨੂੰ ਮਾਪਣ ਵਾਲੇ ਅੰਤਰ ਦਾ ਨਾਮ ਦੱਸੋ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਐਗਜ਼ਾਮ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕਿਆ ਹੈ ਚਾਰ ਆਪਸ਼ਨ ਹੈ ਫਸਟ ਹੈਗਾ ਆਲਟੀਮੀਟਰ ਸੈਕਿੰਡ ਆਪਸ਼ਨ ਹੈਗਾ ਸੇਫਟੀ ਲੈਂਪ ਥਰਡ ਆਪਸ਼ਨ ਹੈਗਾ ਮੈਨੋਮੀਟਰ ਤੇ ਫੋਰਥ ਹੈਗਾ ਜੀ ਕ੍ਰੈਸਕੋਗ੍ਰਾਫ ਹਾਂਜੀ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 4th ਚੁਣਿਆ ਹੈ ਕ੍ਰੈਸਕੋਗ੍ਰਾਫ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਪੌਦਿਆਂ ਦੇ ਵਾਦੇ ਨੂੰ ਮਾਪਣ ਵਾਲੇ ਅੰਤਰ ਨੂੰ ਕੀ ਕਿਹਾ ਜਾਂਦਾ ਜੀ ਕ੍ਰੈਸਕੋਗ੍ਰਾਫ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਬਿਜਲੀ ਤਾਰਾ ਨੂੰ ਐਂਪੀਅਰ ਵਿੱਚ ਮਾਪਣ ਵਾਲੇ ਅੰਤਰ ਦਾ ਨਾਮ ਦੱਸੋ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਐਮੀਟਰ ਸੈਕਿੰਡ অপਸ਼ਨ ਹੈਗਾ ਜੀ ਬੈਰੋਮੀਟਰ ਥਰਡ অপਸ਼ਨ ਹੈਗਾ ਥਰਮਾਮੀਟਰ ਤੇ ਫੋਰਥ ਹੈਗਾ ਬੈਰੋਗ੍ਰਾਫ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਇਸ ਕੁਸ਼ਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਸ਼ਚਨ ਦਾ অপਸ਼ਨ ਨੰਬਰ 1 ਚੁਣਿਆ ਹੈ ਐਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ కరెక్ట్ ਹੋ ਜਾਵੇਗਾ बिजलई ਤਾਰਾ ਨੂੰ ਐਂਪੀਅਰ ਵਿੱਚ ਮਾਪਣ ਵਾਲੇ ਅੰਤਰ ਦਾ ਨਾਮ ਕੀ ਹੈਗਾ ਜੀ ਐਮੀਟਰ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਵਾਯੂ ਮੰਡਲ ਦਬਾਅ ਨੂੰ ਮਾਪਣ ਵਾਲੇ ਅੰਤਰ ਦਾ ਨਾਮ ਦੱਸੋ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਨੇ ਤੁਹਾਡੇ ਕੋਲ ਫਸਟ ਹੈਗਾ ਟੈਲੀਸਕੋਪ ਸੈਕਿੰਡ ਆਪਸ਼ਨ ਹੈਗਾ ਜੀ ਬੈਰੋਮੀਟਰ ਥਰਡ ਹੈਗਾ థਰਮਾਮੀਟਰ ਤੇ 4ਥੇ ਹੈਗਾ ਬੈਰੋਗ੍ਰਾਫ ਤੁਹਾਡੇ ਕੋਲ 4 ਸਕਿੰਟ ਦਾ ਸਮਾਂ ਹੈਗਾ ਹਾਂਜੀ ਜਿਹੜੇ ਸਾਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 2 ਚੁਣਿਆ ਹੈ ਬੈਰੋਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਬਾਇਓਮੰਡਲ ਦਬਾਅ ਨੂੰ ਮਾਪਣ ਵਾਲੇ ਯੰਤਰ ਦਾ ਕੀ ਨਾਂ ਹੈਗਾ ਜੀ ਬੈਰੋਮੀਟਰ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਵਾਯੂਮੰਡਲ ਦਬਾਅ ਨੂੰ ਗ੍ਰਾਫ ਵਿੱਚ ਦਰਸਾਉਣ ਵਾਲੇ ਯੰਤਰ ਦਾ ਨਾਂ ਦੱਸੋ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਨੇ ਤੁਹਾਡੇ ਕੋਲ ਫਸਟ ਹੈਗਾ ਟੈਲੀਸਕੋਪ ਸੈਕੰਡ ਆਪਸ਼ਨ ਹੈਗਾ ਬੈਰੋਮੀਟਰ ਥਰਡ ਆਪਸ਼ਨ ਹੈਗਾ ਥਰਮਾਮੀਟਰ ਤੇ ਫੋਰਥ ਹੈਗਾ ਬੈਰੋਗ੍ਰਾਫ 4 ਸੈਕਿੰਡ ਦਾ ਸਮਾਂ ਹੈਗਾ ਜੀ ਤੁਹਾਡੇ ਕੋਲ ਹਾਂਜੀ ਜੇਕਰ ਤੁਸੀਂ ਚੁਣਿਆ ਹੈ অপਸ਼ਨ ਨੰਬਰ 4 ਬੈਰੋਗ੍ਰਾਫ ਤਾਂ ਤੁਹਾਡਾ ਆਨਸਰ ਹੈ ਜੀ கரੈਕਟ ਹੋ ਜਾਵੇਗਾ ਬਾਇਓ ਮੰਡਲ ਦਵਾ ਨੂੰ ਗ੍ਰਾਫ ਵਿੱਚ ਦਰਸਾਉਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਜੀ ਬੈਰੋਗ੍ਰਾਫ ਹਾਂਜੀ ਚੱਲਦੇ ਹਾਂ ਅੱਜ ਦੀ ਕੁਇਜ਼ ਦੇ ਲਾਸਟ ਕੁਐਸਚਨ ਵੱਲ ਹਾਂਜੀ ਅੱਜ ਦੀ ਕੁਇਜ਼ ਦਾ ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਦੂਰ ਪਈ ਵਸਤੂਆਂ ਦੇ ਤਾਪ ਨੂੰ ਜਾਣਨ ਵਾਲੇ ਯੰਤਰ ਦਾ ਨਾਮ ਦੱਸੋ ਹਾਂਜੀ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਦਿੱਤਾ ਜੀ ਮੈਨੋਮੀਟਰ ਸੈਕਿੰਡ ਆਪਸ਼ਨ ਹੈਗਾ ਟੈਕੋਮੀਟਰ ਥਰਡ ਆਪਸ਼ਨ ਹੈਗਾ ਪਾਇਰੋਮੀਟਰ ਤੇ ਫੋਰਥ ਹੈਗਾ ਆਲਟੀਮੀਟਰ ਹਾਂਜੀ ਇਸ ਕੁਸ਼ਣ ਨੂੰ ਸੋਲਵ ਕਰਨ ਲਈ ਤੁਹਾਡੇ ਕੋਲ 4 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ 3 ਚੁਣਿਆ ਹੈ ਪਾਇਰੋਮੀਟਰ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਦੂਰ ਪਈਆਂ ਵਸਤੂਆਂ ਦੇ ਤਾਪ ਨੂੰ ਜਾਣਨ ਵਾਲੇ ਅੰਤਰਦਾਕੀਨਾ ਹੈਗਾ ਜੀ ਪਾਇਰੋਮੀਟਰ ਹਾਂਜੀ ਅੱਜ ਦੇ ਕੁਇਜ਼ ਸੈਸ਼ਨ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਉਮੀਦ ਕਰਾਂਗਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਹੈਲਪਫੁਲ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਨਾਲੇ ਕਮੈਂਟ ਬਾਕਸ 'ਚ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਡਾ ਸਕੋਰ ਇਸ ਕੁਇਜ਼ ਵਿੱਚ ਕਿੰਨਾ ਹੈਗਾ ਸੀ ਹਾਂਜੀ ਮਿਲਦੇ ਹਾਂ